ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਹੋਪ ਹੈ ਕਿ ਤੁਸੀਂ ਸਭ ਵਧੀਆ ਹੋਵੋਗੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਘਰ ਦਾ ਸਮਾਨ ਯੂਜ਼ ਕਰਕੇ ਆਪਣਾ ਸੂਟ ਪੇਂਟ ਕਰ ਸਕਦੇ ਹੋ ਹਾਂਜੀ ਸੂਟ ਤੇ ਪੇਂਟ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਹੇਠਾਂ ਮਾਰਜਨ ਛੱਡਾਂਗੇ ਅਸੀਂ 3 ਸੈਂਟੀਮੀਟਰ ਹੇਠਾਂ ਮਾਰਜਨ ਛੱਡਿਆ ਹੈ ਤੇ ਸਾਈਡਾਂ 'ਚ 1-1 ਸੈਂਟੀਮੀਟਰ ਦਾ ਨਿਸ਼ਾਨ ਲਾਇਆ ਹੈ ਇਸ ਤੋਂ ਬਾਅਦ ਅਸੀਂ ਪੱਲੇ ਦਾ ਹਾਫ ਕਰ ਲਿਆ ਹੈ ਜਿੰਨਾ ਤੁਹਾਡਾ ਪੱਲਾ ਹੈ ਤੁਸੀਂ ਉਸ ਦੇ ਹਿਸਾਬ ਨਾਲ ਕਰ ਸਕਦੇ ਹੋ ਅਸੀਂ ਐਵੇਂ ਕਰਕੇ ਇੱਥੇ ਨਿਸ਼ਾਨ ਲਾਇਆ ਹੈ ਅਤੇ ਇਹ ਸਾਡਾ ਸੈਂਟਰ ਪੁਆਇੰਟ ਹੈ ਇੱਥੇ ਨਿਸ਼ਾਨ ਲਾਇਆ ਅਤੇ ਉਸ ਤੋਂ ਬਾਅਦ ਅਸੀਂ ਜਿੰਨੀ ਸਪੇਸ 'ਤੇ ਤੁਸੀਂ ਆਪਣਾ ਡਿਜ਼ਾਇਨ ਬਣਾਉਣਾ ਚਾਹੁੰਦੇ ਹੋ ਉਵੇਂ ਬਣਾ ਸਕਦੇ ਅਸੀਂ 3-3 ਸੈਂਟੀਮੀਟਰ 'ਤੇ ਨਿਸ਼ਾਨ ਲਾਇਆ ਹੈ ਸੈਂਟਰ ਤੋਂ ਲੈ ਕੇ 3-3 ਸੈਂਟੀਮੀਟਰ 'ਤੇ ਉੱਪਰ ਵੀ ਅਸੀਂ ਐਵੇਂ ਹੀ 3 ਸੈਂਟੀਮੀਟਰ 'ਤੇ ਹੀ ਨਿਸ਼ਾਨ ਲਾਇਆ ਹੈ ਉੱਪਰ ਵਾਲਾ ਨਿਸ਼ਾਨ ਹੈ ਜੋ ਥੱਲੇ ਵਾਲੇ ਨਿਸ਼ਾਨ ਦੇ ਸੈਂਟਰ 'ਚ ਲਿਆ ਹੈ ਅਸੀਂ ਇਹ ਆਸਾਨੀ ਨਾਲ ਹੱਥ ਨਾਲ ਵੀ ਲਾ ਸਕਦੇ ਹੋ ਤੁਸੀਂ ਜਾਂ ਤੁਸੀਂ ਲਾਈਨਸ ਨਾਲ ਇੰਚੀਟੇਪ ਦੀ ਹੈਲਪ ਨਾਲ ਵੀ ਲਾ ਸਕਦੇ ਹੋ ਅਸੀਂ ਐਵੇਂ ਨੋਰਮਲੀ ਹੀ ਨਿਸ਼ਾਨ ਲਾ ਕੇ ਲਾ ਲਿਆ ਹੈ ਹਾਂਜੀ ਇਸ ਦੇ ਲਈ ਅਸੀਂ ਜੋ ਇਹ ਕੱਪੜਾ ਹੈ ਰਿਓਨ ਦਾ ਯੂਜ਼ ਕਰਿਆ ਹੈ ਅਤੇ ਫੈਬਰਿਕ ਪੇਂਟਸ ਯੂਜ਼ ਕਰੇ ਨੇ ਹਾਂਜੀ ਜਿਹੜੇ ਸਾਡੇ ਚੈਨਲ 'ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਪਾਉਣ ਲਈ ਬੈਲ ਆਈਕਨ ਪ੍ਰੈਸ ਕਰੋ ਪੇਂਟ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਸਪੰਜ ਦੇ ਪੀਸ 'ਤੇ ਪੇਂਟ ਪਾ ਲਿਆ ਹੈ ਅਸੀਂ ਗੋਲਡਨ ਕਲਰ ਦਾ ਪੇਂਟ ਯੂਜ਼ ਕਰਿਆ ਹੈ ਬਲੈਕ ਸੂਟ ਦੇ ਉੱਪਰ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਕਿਸੇ ਬ੍ਰੱਸ਼ ਜਾਂ ਕਿਸੇ ਹੋਰ ਚੀਜ਼ ਦੀ ਹੈਲਪ ਨਾਲ ਵੀ ਸੈੱਟ ਕਰ ਸਕਦੇ ਹੋ ਅਸੀਂ ਆਪਣਾ ਡਿਜ਼ਾਇਨ ਬਣਾਉਣ ਲਈ ਜੋ ਬੱਚਿਆਂ ਦੇ ਬਲੋਕਸ ਹੁੰਦੇ ਹਨ ਉਹਨਾਂ ਦਾ ਯੂਜ਼ ਕਰਿਆ ਤੁਸੀਂ ਦੇਖ ਰਹੇ ਹੋ ਪਲਾਸਟਿਕ ਦਾ ਬਲੋਕਸ ਹੇਠਾਂ ਰਾਊਂਡ ਸ਼ੇਪ ਹੈ ਉਹਦੀ ਅਤੇ ਉਸ ਦਾ ਯੂਜ਼ ਕਰਿਆ ਅਸੀਂ ਤੁਸੀਂ ਆਰਾਮ ਨਾਲ ਉਸਨੂੰ ਪੇਂਟ 'ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਅਤੇ ਆਪਣੇ ਕੁੜਤੀ ਦੇ ਉੱਪਰ ਵੀ ਚੰਗੀ ਤਰ੍ਹਾਂ ਉਸਦਾ ਦਬਾਅ ਪਾਉਣਾ ਹੈ ਅਤੇ ਇੱਕ ਵਾਰ ਹੀ ਦਬਾਅ ਪਾਉਣਾ ਹੈ ਬਾਰ ਬਾਰ ਉਸਨੂੰ ਯੂਜ਼ ਨਹੀਂ ਕਰਨਾ ਤੁਸੀਂ ਦੇਖੋ ਐਵੇਂ ਹਿਲਾ ਹਿਲਾ ਕੇ ਚੰਗੀ ਤਰ੍ਹਾਂ ਉਹਦੇ ਆਪਣੇ ਜਿੱਥੇ ਤੁਸੀਂ ਨਿਸ਼ਾਨ ਲਾਇਆ ਹੈ ਉੱਥੇ ਰੱਖੋ ਅਤੇ ਥੋੜ੍ਹਾ ਜਿਹਾ ਉੱਪਰ ਤੋਂ ਪ੍ਰੈਸ ਕਰੋ ਅਤੇ ਡਿਜ਼ਾਇਨ ਆਰਾਮ ਨਾਲ ਆਸਾਨੀ ਨਾਲ ਬਣ ਜਾਂਦਾ ਹੈ ਤੁਸੀਂ ਇਸ ਨੂੰ ਬਲੋਕਸ ਨਹੀਂ ਤਾਂ ਕਿਸੇ ਹੋਰ ਗੋਲ ਸ਼ੇਪ ਜਿਵੇਂ ਕਿ ਢੱਕਣ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਵੀ ਤੁਸੀਂ ਇਸ ਨੂੰ ਆਸਾਨੀ ਨਾਲ ਬਣਾ ਸਕਦੇ ਹੋ ਹਾਂਜੀ ਐਵੇਂ ਕਰਕੇ ਅਸੀਂ ਸਾਰੇ ਸੂਟ 'ਤੇ ਆਪਣੇ ਡਿਜ਼ਾਇਨ ਬਣਾਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਤੁਹਾਨੂੰ ਅੱਗੇ ਵੀ ਐਵੇਂ ਦੇ ਯੂਨੀਕ ਆਈਡੀਆਜ਼ ਦਿਖਾਉਂਦੇ ਰਹਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਕਰਕੇ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਇਹ ਡਿਜ਼ਾਈਨ ਤਾਂ ਸਾਰੇ ਆਸਾਨੀ ਨਾਲ ਆਪਣੇ ਘਰ ਬਣਾ ਸਕਦੇ ਹੋ ਜਿਨ੍ਹਾਂ ਨੂੰ ਪੇਂਟ ਵੀ ਨਹੀਂ ਆਉਂਦਾ ਉਹ ਵੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਸਕਦਾ ਹੈ ਹਾਂਜੀ ਵੀਡੀਓ ਨੂੰ ਸਕਿੱਪ ਨਾ ਕਰਨਾ ਅੱਗੇ ਵੀ ਤੁਹਾਨੂੰ ਐਵੇਂ ਦੱਸਾਂਗੇ ਕਿ ਕਿਵੇਂ ਬਾਜੂ 'ਤੇ ਪਲਾਜ਼ੋ 'ਤੇ ਕਿਵੇਂ ਹੋਰ ਪੇਂਟ ਕਰ ਸਕਦੇ ਹਾਂ ਇਹ ਡਿਜ਼ਾਈਨ ਬਣਾਉਣ ਦੇ ਟਾਈਮ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਪ੍ਰੈਸ ਚੰਗੀ ਤਰ੍ਹਾਂ ਕਰਨਾ ਹੈ ਅਤੇ ਪੇਂਟ ਚੰਗੀ ਤਰ੍ਹਾਂ ਤੁਹਾਡੇ ਜਿਹਦੇ ਨਾਲ ਵੀ ਤੁਸੀਂ ਡਿਜ਼ਾਈਨ ਤਿਆਰ ਕਰ ਰਹੇ ਹੋ ਉੱਤੇ ਲੱਗਿਆ ਹੋਣਾ ਚਾਹੀਦਾ ਹੈ ਜਿਵੇਂ ਤੁਸੀਂ ਇੱਕ ਕੁੜਤੀ ਪੂਰੀ ਕਰ ਲਈ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਜਿਹਦੇ ਨਾਲ ਵੀ ਤੁਸੀਂ ਬਣਾ ਰਹੇ ਹੋ ਆਪਣੇ ਡਿਜ਼ਾਇਨ ਨੂੰ ਉਹਨੂੰ ਵੋਸ਼ ਜ਼ਰੂਰ ਕਰੋ ਨੈੱਕ ਦਾ ਡਿਜ਼ਾਈਨ ਬਣਾਉਣ ਲਈ ਤੁਸੀਂ ਆਪਣੇ ਨੈੱਕ ਨੂੰ ਪਹਿਲਾਂ ਕਟਿੰਗ ਕਰ ਲਵੋ ਅਤੇ ਉਸ ਤੋਂ ਬਾਅਦ ਅਸੀਂ ਇੱਥੇ ਨਿਊਜ਼ਪੇਪਰ ਨੂੰ ਸੈੱਟ ਕਰਿਆ ਹੈ ਤਾਂ ਜੋ ਤੁਹਾਡਾ ਕਲਰ ਬਾਹਰ ਕਿਸੇ ਜਿੱਥੇ ਵੀ ਤੁਸੀਂ ਬਣਾ ਰਹੇ ਹੋ ਉਹਨੂੰ ਨਾ ਲੱਗੇ ਹਾਂਜੀ ਇਸ ਦੇ ਲਈ ਅਸੀਂ ਜੋ ਡਿਜ਼ਾਈਨ ਬਣਾਉਣ ਲਈ ਇੱਕ ਢੱਕਣ ਦਾ ਯੂਜ਼ ਕਰਿਆ ਹੈ ਛੋਟੀ ਸ਼ੀਸ਼ੀ ਦਾ ਇੱਕ ਢੱਕਣ ਹੈ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਕਰਕੇ ਅਸੀਂ ਸਾਰੇ 'ਤੇ ਡਰੋਅ ਕਰਾਂਗੇ ਅਸੀਂ ਇਸ ਦੇ ਵਿੱਚ ਸਿਰਫ ਇਹਦੇ ਨਾਲ ਸਿਰਫ ਡਰੋਅ ਕਰ ਰਹੇ ਹਾਂ ਕਲਰ ਫਿਲ ਅਸੀਂ ਬ੍ਰੱਸ਼ ਦੀ ਹੈਲਪ ਨਾਲ ਕਰਾਂਗੇ ਇਸ ਦੇ ਵਿੱਚ ਜੇ ਤੁਸੀਂ ਕਮੀਜ਼ ਹੈ ਅਸੀਂ ਆਪਣੇ ਬੈੱਡ 'ਤੇ ਇਹਨੂੰ ਸੈੱਟ ਕਰਿਆ ਹੈ ਜੋ ਪੱਗ ਪਿੰਨ ਹੁੰਦੀ ਹੈ ਉਸ ਦੇ ਨਾਲ ਤੁਸੀਂ ਐਵੇਂ ਉਸਨੂੰ ਚੰਗੀ ਤਰ੍ਹਾਂ ਸੈੱਟ ਕਰ ਸਕਦੇ ਹੋ ਇਹਦੇ ਲਈ ਤੁਹਾਨੂੰ ਕੋਈ
अलग तो कोई चीज़ भी नहीं लैनी पैनी कि जिहदे ते तुसी अपना डिज़ाइन बनाओगे। तुसी अपने घर आसानी नाल इहनू सैट कर सकते हो। एवें सैट करन तो बाद असी फिर ड्रॉ करांगे, एवें ढक्कन नू हिलांदे होए हौली हौली आराम नाल नाल उहदे बिल्कुल राउंड शेप च नाल नाल डिज़ाइन बनाउणा है। असी इत्थे फुल सर्कल नहीं बनाउणा जिवें असी कि कुर्ती ते पल्ले ते डिज़ाइन करिया है। इत्थे असी थोड़ा जा हाफ लवांगे, इसलिए असी थोड़ा जा इसनू न्यूज़पेपर ते भी प्रेस कर रहे हां। तुसी देख रहे हो जिवें कि इहनू एवें एवें हौली हौली प्रेस कर करके चंगी तरह बनाउणा। ये डिज़ाइन च भी तुसी ध्यान रखना है कि प्रेस सिर्फ एक बार करना है ते चंगी तरह करना है। एवें करके तुसी अपना राउंड पूरा कर लोगे। देखो कि असी न्यूज़पेपर ते भी थोड़ा थोड़ा बनाते जा रहे हैं पेंट होते ते भी। जे वीडियो पसंद आई होवे तां वीडियो लाइक ते शेयर जरूर करियो ते अपने चैनल नू सबसक्राइब जरूर कर लो। हाँ जी, डिज़ाइन साडा पूरा बन गया। इस तो बाद असी कलर फिल कर रहे हैं ब्रश की हैल्प नाल। इहदे लई तुसी 2-3 नंबर दा ब्रश या 4 नंबर दा भी यूज़ कर सकते हो। थोड़ा थोड़ा पेंट लैके तुसी पेंट नू फिल करना है। क्वांटिटी पेंट दी पहला पहला घट रखो। एवें ब्रश की हैल्प नाल तुसी आसानी नाल इहनू पेंट कर सकते हो। देखो एवें घुमा के हौली हौली इसनू पेंट करो। इहनू आसानी नाल हर कोई पेंट कर सकता है। मेन जो प्रॉब्लम हुंदी है सानू आउटलाइन करन विच आउंदी है, वो असी पहला ही आसानी नाल कर लिए ढक्कण दी हैल्प नाल। बिच कलर फिल करना है, कोई भी इसनू आसानी नाल फिल कर सकता है। बस तुसी ध्यान ये रखना है कि तुसी कलर दी जो क्वांटिटी है बिल्कुल ही घट रखनी है ते ध्यान नाल तुसी उसनू फिल करदे जाना है। एवें करके तुसी सारे दे सारा जिन्ना भी तुसी ड्रॉ करिया इहनू फिल कर लवोगे। असी गले दे नाल नाल थोड़ा तां छड़ता क्योंकि उत्थे गला हले बनाउणा है ते सिलाई लगनी है ते ओह तुसी छड़ सकदे हो, उत्थे जरूरत भी नहीं हैगी करन दी ते तुसी एवें ब्रश नाल पेंट कर सकदे हो। जी एवें असी अपना नैक नूं चंगी तरह सफाई नाल पूरा कर लिया है। तुसी देख रहे हो एवें तुसी पूरा नैक फिल कर लेना है। जिसे जिथे थोनू लगता है भी कि पेंट घट लगता है जिमें ब्लैकिश जहा दिखता है बिचों तो तुसी उत्थे भी कर। एवें साडा कमीज पूरा रेडी हो गया है। जो कुर्ती ते रहिंदे सी डॉट्स वह भी बना लेने। कमीज़ तैयार करन तो बाद असी हुण बाजू नूं तैयार करना है। बाजू तैयार करन लई असी कटिंग कर लईए पहलां ते उहदे हेठां न्यूज़पेपर बिछा के ते पिन नाल असीं अपनी बाजू नूं सैट कर लांगे। तुसीं जिथे जिथे तुहानूं लगदा है उत्थे उत्थे पिन ला सकदे हो। न्यूज़पेपर कारण थोड़ा जिहा ज़्यादा हिलदी है, इहदे लई तुसीं थोड़ी इत्थे वध पिन यूज़ कर सकदे हो। एवें ला के तुसीं अपनी बाजू नूं सैट कर सकदे हो। जे तुसीं बाजू दी कटिंग स्टिचिंग देखना चाहते हो कि किमें असी एवें दी बाजू विच पाइपिंग ला सकते हैं तो किमें असी इहनू फोल्ड करिए तो नैक्सट वीडियो विच तुसी देख सकते हो। हाँ जी, असी फिर उवें जिवें नैक ते एक ढक्कण नाल पहला ड्रॉ करिया सी उवें ही सेम ड्रॉ करांगे। इत्थे भी असी ध्यान रखना है कि किमें राउंड शेप विच असी ड्रॉ करना। इत्थे भी असी थोड़ा थोड़ा न्यूज़पेपर ते उहनू ड्रॉ कर रहे हैं। एवें करके तुसी अपनी पूरी बाजू ते इसनू ड्रॉ कर लो पहला, उस तो बाद असी इहदे विच कलर फिल करांगे।
अपने बाजू का जो डिज़ाइन है ड्रा हो चुका है तो असं हूँ ये भी कलर फिल करा। देखो ब्रश की हैल्प ना तुसी एवें कलर फिल कर सकते हो। क्वांटिटी तुसी पेंट की जो है घट रखनी है। एवें करके तुसी अपना पूरा डिज़ाइन एवें पेंट करके तैयार कर सकते हो। जे तुसी पहली बार पेंट करना तो तुसी आराम नाल इहनूं तैयार करियो। एवें करके अपनी बाजू रेडी हो चुकी है। एवें असी इहनूं पेंट कर लिया है। इस तो बाद असी प्लाजो नूं पेंट करना है। प्लाजो पेंट करन दे लई तुसी जिन्ना हेठा मार्जिन छड्डना है उन्ना छड्ड के निशान ला लेना है। तो उस तो बाद इहनूं पिन दी हैल्प नाल सैट करके जिवें असी कुर्ती दे गले ते डिज़ाइन करे आ ते सेम उवें ही बाजू ते सेम उवें ही प्लाजो ते करांगे। एवें करके तुसी अपना पूरा जो प्लाजो दी मूरी ते ड्रॉ कर सकते हो। ये तुसी उपर भी कर सक सानूं अपने डिज़ाइन दे विच हाफ सर्कल लेना सी इसलिए असी हाफ नूं ही पेंट करे। जे तुसी फुल रखना चाहते हो तो तुसी पूरे सर्कल नूं भी पेंट कर सकते हो। हेठां जो असी मार्जिन रखिया हो फोल्ड करने लई एम दी यूनीक यूनीक आइडियाज़ देखने लई अपने चैनल नूं सबसक्राइब जरूर करो ते वीडियो नूं शेयर जरूर करो। कमेंट करके दस्सियो कि वीडियो तुहानूं किवें लगी। हाँ जी ये सूट दी फाइनल लुक है स्टिच करे तो बाद। थैंक यू फॉर वॉचिंग।